ਲੋ ਪੰਜਾਬੀਓ ਹੋ ਜਾਓ ਖੁਸ਼, ਹੁਣ ਮੌਸਮ 'ਚ ਆਵੇਗਾ ਬਦਲਾ। ਅੱਤ ਦੀ ਗਰਮੀ ਤੋਂ ਬਾਅਦ ਵੇਖੋ ਹੁਣ ਕਦੋਂ ਆ ਸਕਦਾ ਮੀਂਹ। ਤਾਂ ਦੱਸ ਦੇ ਕਿ ਪੰਜਾਬ ਭਰ ਦੇ ਵਿੱਚ ਲਗਾਤਾਰ ਤਪਦੀ ਗਰਮੀ ਤੋਂ ਲੋਕ ਪਰੇਸ਼ਾਨ ਹੋ ਰਹੇ ਸੀ ਤੇ ਉੱਥੇ ਹੀ ਕੁਝ ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਵੀ ਕੁਝ ਕਮੀ ਵੇਖਣ ਨੂੰ ਮਿਲੀ ਹੈ ਤੇ ਨਵੀਂ ਦੇ ਵਿੱਚ ਵੀ ਹੁਣ ਵਾਧਾ ਹੋ ਰਿਹਾ। ਤਾਂ ਦੱਸ ਦਈਏ ਕਿ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦੱਸਿਆ ਕਿ ਫਿਲਹਾਲ ਬੀਤੇ ਦਿਨ ਦਾ ਟੈਂਪਰੇਚਰ 41 ਡਿਗਰੀ ਸੀ ਤੇ ਇਸ ਦੇ ਵਿੱਚ ਹੁਣ ਕਮੀ ਆਈ ਹੈ ਤਾਂ ਰਾਤਾਂ ਨੂੰ ਵੀ ਇਹ ਤਾਪਮਾਨ ਘਟਣ ਲੱਗ ਗਏ ਨੇ। ਜਲਦ ਹੀ ਪੰਜਾਬ ਦੇ ਵਿੱਚ ਮੀਂਹ ਵੇਖਣ ਨੂੰ ਮਿਲ ਸਕਦੇ ਨੇ। ਤਾਂ ਇਸ ਸੰਬੰਧੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਉਂਦੇ 2-3 ਦਿਨਾਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਆਸਾਰ ਨੇ ਤੇ ਇਸ ਦੇ ਨਾਲ ਹੀ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਬੱਦਲ ਵਾਲਾ ਮੌਸਮ ਵੀ ਬਣ ਸਕਦਾ ਹੈ, ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ। ਉਹਨਾਂ ਦੱਸਿਆ ਕਿ ਜੂਨ ਆਖਿਰ ਤੱਕ ਮੌਨਸੂਨ ਵਹੀ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ ਹੈ, ਜਿਸ ਨਾਲ ਚੰਗੀ ਬਾਰਿਸ਼ ਹੋਣ ਦੇ ਆਸਾਰ ਨੇ, ਕਿਉਂਕਿ ਪੱਛਮੀ ਬੰਗਾਲ ਤੋਂ ਕਰਨਾਟਕ ਵੱਲ ਮੌਨਸੂਨ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਤੇ ਉਮੀਦ ਹੈ ਕਿ ਮੱਧ ਜੂਨ ਤੱਕ ਉਹ ਭਾਰਤ ਦੇ ਮੱਧਮ ਦਿਸ਼ਾ ਤੱਕ ਪਹੁੰਚ ਜਾਵੇਗਾ, ਜਿਸ ਤੋਂ ਬਾਅਦ ਉੱਤਰ ਭਾਰਤ ਵੱਲ ਆਵੇਗਾ। ਤਾਂ ਦੱਸ ਦਈਏ ਕਿ ਜਲਦ ਹੀ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ, ਕਿਉਂਕਿ ਪਿਛਲੇ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਕੜਾਕੇ ਦੀ ਧੁੱਪ ਪੈ ਰਹੀ ਸੀ ਤੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀ। ਤਾਂ ਲੋਕ ਮੌਸਮ ਦੇ ਬਦਲਾਅ ਦੀ ਉਮੀਦ ਕਰ ਰਹੇ ਸੀ, ਤਾਂ ਹੁਣ ਜਲਦ ਹੀ ਪੰਜਾਬ ਦੇ ਵਿੱਚ ਇਹ ਮੌਸਮ ਬਦਲਣ ਵਾਲਾ ਹੈ ਤੇ ਮੀਂਹ ਦੇ ਆਸਾਰ ਦਿਖ ਰਹੇ ਨੇ। ਹਾਂਜੀ, ਟੈਂਪਰੇਚਰਸ ਦੇ ਵਿੱਚ ਕੁਛ ਚੇਂਜ ਦੇਖਣ ਨੂੰ ਮਿਲੀ ਹੈ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿੰਨੀ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਹੋ ਗਏ ਸੀ, 45 ਡਿਗਰੀ ਤੱਕ ਸਾਡੇ ਕੋਲ ਟੈਂਪਰੇਚਰ ਪਹੁੰਚ ਗਿਆ ਸੀਗਾ, 45-46 ਡਿਗਰੀ ਤੱਕ ਵੀ ਰਿਕਾਰਡ ਹੋ ਰਿਹਾ ਸੀ ਲੁਧਿਆਣੇ, ਜਿਹਦੇ ਨਾਲ ਕਿ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਉਹ ਫਾਲ ਕੀਤਾ ਅਤੇ ਪਿਛਲੇ 1-2 ਦਿਨਾਂ 'ਚ ਆਪਾਂ ਦੇਖ ਰਹੇ ਹਾਂ ਕਿ ਜਿਹੜੀਆਂ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ, ਜਿਹਦੇ ਨਾਲ ਕਿ ਟੈਂਪਰੇਚਰਸ ਦੇ ਵਿੱਚ ਥੋੜ੍ਹੀ ਫਾਲ ਆਈ ਹੈ। ਸੋ ਕੱਲ੍ਹ ਸਾਡੇ ਕੋਲ ਟੈਂਪਰੇਚਰ ਜਿਹੜਾ ਉਹ 41 ਡਿਗਰੀ ਰਿਕਾਰਡ ਕੀਤਾ ਗਿਆ, ਅਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਦਾ ਮਤਲਬ 2 ਡਿਗਰੀ ਆਪਾਂ ਕਹਿ ਸਕਦੇ ਹਾਂ ਕਿ ਨੋਰਮਲ ਨਾਲੋਂ ਜ਼ਿਆਦਾ ਟੈਂਪਰੇਚਰ ਚੱਲ ਰਿਹਾ, ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਵੀ 2 ਡਿਗਰੀ ਹੀ ਨੋਰਮਲ ਨਾਲੋਂ ਜ਼ਿਆਦਾ ਚੱਲ ਰਿਹਾ। ਪਰ ਦੂਜੇ ਪਾਸੇ ਕਾਫੀ ਦੇਰ ਤੋਂ ਖੁਸ਼ਕ ਹਵਾ ਚੱਲ ਰਹੀ ਸੀ, ਹਿਊਮਿਡਿਟੀ ਲੈਵਲ ਕਾਫੀ ਲੋਅ ਸੀਗਾ, ਬਟ ਹੁਣ ਵੀ ਹਿਊਮਿਡਿਟੀ ਲੈਵਲ ਦੇ ਵਿੱਚ ਵੀ ਥੋੜ੍ਹਾ ਜਿਹਾ ਵਾਧਾ ਹੋਇਆ, ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਉਹ ਅਪਰੋਚ ਕਰ ਰਿਹਾ ਨੋਰਥ ਵੈਸਟ ਪੰਜਾਬ ਨੂੰ, ਜਿਹਦੇ ਨਾਲ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਥੋੜ੍ਹਾ ਜਿਹਾ ਟੈਂਪਰੇਚਰ ਦੇ ਵਿੱਚ ਫਾਲ ਨਜ਼ਰ ਆਏਗੀ ਔਰ ਕੁਛ ਹਲਕੀ ਆਪਾਂ ਕਹਿ ਸਕਦੇ ਹਾਂ ਹਲਕੀ ਬਾਰਿਸ਼ ਜਾਂ ਥੋੜ੍ਹੇ ਛਿੱਟੇ ਪੈਣ ਦੀ ਸੰਭਾਵਨਾ ਹੈਗੀ ਹੈ, ਔਰ ਧੂੜ ਭਰੀਆਂ ਹਵਾਵਾਂ ਜਿਵੇਂ 40-50 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਚੱਲ ਸਕਦੀਆਂ ਨੇ, ਜਿਹਦੇ ਨਾਲ ਕਿ ਆਪਾਂ ਨੂੰ ਗਰਮੀ ਤੋਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੀਟ ਵੇਵ ਚੱਲ ਰਹੀ ਸੀ ਉੱਥੋਂ ਸਾਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈਗੀ ਹੈ। ਬਾਕੀ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਵੀ ਕਾਫੀ ਅੱਛੀ ਚੱਲ ਰਹੀ ਹੈ, ਉਮੀਦ ਕਰਦੇ ਹੈਗੇ ਕਿ ਆਪਾਂ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ ਇੱਥੇ ਪ੍ਰੀ ਮੌਨਸੂਨ ਸ਼ਾਵਰਸ ਜਿਹੜੇ ਆ ਉਹ ਆਪਾਂ ਰਿਸੀਵ ਕਰ ਸਕਦੇ ਹਾਂ, ਕਿਉਂਕਿ ਜਿਹੜੀ ਪਿੱਛੋਂ ਮੌਨਸੂਨ ਦੀ ਪ੍ਰੋਗਰੈਸ ਹੈਗੀ ਆ ਉਹ ਬੇ ਆਫ ਬੰਗਾਲ ਤੋਂ ਕਰਨਾਟਕਾ ਵੱਲ ਮੂਵ ਕਰ ਰਹੀ ਹੈ ਅਤੇ ਛੇਤੀ ਹੀ ਉਹਨਾਂ ਨੇ ਸੈਂਟਰਲ ਇੰਡੀਆ ਦੇ ਵਿੱਚ ਜਿਹੜੀ ਆਪਣੀ ਪਹੁੰਚ ਸਕਦੀ ਹੈ। ਤੋ ਆਪਾਂ ਉਮੀਦ ਕਰਦੇ ਹਾਂ ਕਿ ਜਿਹੜੀ ਐਂਡ ਆਫ ਜੂਨ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਜੇ ਹੁੰਦੀ ਹੈ ਤਾਂ ਅਸੀਂ ਮਤਲਬ ਨੋਰਮਲ ਇਸ ਵਾਰੀ ਜਿਹੜੀ ਮੌਨਸੂਨ ਦਾ ਆਗਮਨ ਹੈ ਉਹ ਪੰਜਾਬ ਦੇ ਵਿੱਚ ਹੋ ਜਾਏਗਾ। ਲਗਭਗ ਕਿਹਾ ਜਾ ਸਕਦਾ ਕਿ 2-3 ਦਿਨ ਲੋਕਾਂ ਨੂੰ ਰਾਹਤ ਮਿਲੇਗੀ। ਹਾਂਜੀ, ਜਿਵੇਂ ਟੈਂਪਰੇਚਰਸ ਦੇ ਵਿੱਚ ਕੱਲ੍ਹ ਵੀ ਜਿਵੇਂ ਆਪਾਂ ਦੇਖਿਆ ਕਿ ਸਾਡੇ ਕੋਲ 41 ਡਿਗਰੀ ਟੈਂਪਰੇਚਰ ਰਿਕਾਰਡ ਹੋਇਆ, ਸੋ ਇੱਕਦਮ ਤਾਂ ਸਾਡੇ ਕੋਲ 4-5 ਡਿਗਰੀ ਟੈਂਪਰੇਚਰ ਜਿਹੜਾ ਉਹ ਘਟਿਆ, ਜਿਹਦੇ ਨਾਲ ਕਿ ਗਰਮੀ ਤੋਂ ਸਾਨੂੰ ਕਾਫੀ ਰਾਹਤ ਲੱਗ ਰਹੀ ਹੈ ਅਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਿਊਮਿਡਿਟੀ ਵੀ ਥੋੜ੍ਹੀ ਜਿਹੀ ਵਧੀ ਹੈ, ਜਿਹਦੇ ਨਾਲ ਕਿ ਲੱਗਦਾ ਕਿ ਹਵਾ ਦੇ ਵਿੱਚ ਮੋਇਸਚਰ ਹੈਗਾ ਤਾਂ ਫਿਰ ਬਾਰਿਸ਼ ਦੀ ਸੰਭਾਵਨਾ ਹੈ, ਮਤਲਬ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਬਟ ਛੁੱਟੇ ਪੈ ਸਕਦੇ ਜਾਂ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਆਮ ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਇੰਨਾ ਜਿਸ ਤਰ੍ਹਾਂ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਗਰਮੀ ਤੋਂ ਛੁਟਕਾਰਾ ਹੈਗਾ, ਕਿ ਬਿਲਕੁਲ ਹੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣ ਸਾਡਾ ਮਤਲਬ ਕਾਫੀ ਵੈਦਰ ਚੇਂਜ ਹੋ ਗਿਆ, ਬਟ ਆਪਣਾ ਜਿਹੜਾ ਧਿਆਨ ਉਹ ਪੂਰਾ ਰੱਖਣਾ ਚਾਹੀਦਾ। ਫਿਰ ਵੀ ਹੁਣ ਪ੍ਰੀਕੋਸ਼ਨਰੀ ਜਿਹੜਾ ਉਹੀ 12 ਤੋਂ 4 ਵਜੇ ਤੱਕ ਜਿਹੜਾ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ, ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ। ਬਾਕੀ ਜਿਸ ਤਰ੍ਹਾਂ ਹੁਣ ਧੂੜ ਭਰੀਆਂ ਹਵਾਵਾਂ ਹਨੇਰੀਆਂ ਦੀ ਸੰਭਾਵਨਾ ਹੈਗੀ ਆ, ਉਹਨੂੰ ਵੀ ਮੱਦੇਨਜ਼ਰ ਰੱਖ ਕੇ ਹੀ ਆਪਣਾ ਜਿਵੇਂ ਆਵਾਜਾਈ ਦੇ ਵਿੱਚ ਧਿਆਨ ਰੱਖਿਆ ਜਾਵੇ। ਕਿਸਾਨਾਂ ਨੂੰ ਮੈਮ ਕਿਸ ਤਰੀਕੇ ਦੇ ਨਾਲ ਕੋਈ ਰਾਹਤ ਜਾਂ ਕਿਸ ਤਰੀਕੇ ਦਾ ਕੋਈ ਅਲਰਟ? ਜਿਸ ਤਰ੍ਹਾਂ ਹੁਣ ਟੈਂਪਰੇਚਰਸ ਆਪਾਂ ਕਹਿ ਸਕਦੇ ਹਾਂ ਕਿ ਥੋੜ੍ਹੇ ਫਾਲ ਕੀਤੇ ਹੈ, ਅਤੇ ਉੱਧਰੋਂ ਜਿਹੜੀ ਝੋਨੇ ਦੀ ਪਨੀਰੀ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵੀ ਪੂਰਾ ਧਿਆਨ ਰੱਖਣ ਕਿ ਲੋੜ ਪੈਣ 'ਤੇ ਉਹਨੂੰ ਜਿਵੇਂ ਕਿੰਨਾ ਵਕਫੇ 'ਤੇ ਪਾਣੀ ਦੀ ਲੋੜ ਹੈਗੀ ਆ ਉਹ ਦਿੰਦੇ ਰਹਿਣ। ਜੇ ਕੋਈ ਉਹਦੇ ਵਿੱਚ ਕੋਈ ਤੱਤਾਂ ਦੀ ਘਾਟ ਆ ਰਹੀ ਹੈ ਉਹਨੂੰ ਉਹਦੀ ਵੀ ਪੂਰਤੀ ਕੀਤੀ ਜਾਵੇ, ਉਹਨੂੰ ਚੰਗੀ ਤਰ੍ਹਾਂ ਦੇਖ ਕੇ ਉਹਦੇ ਲੱਛਣ ਦੇਖ ਕੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀ ਘਾਟ ਹੈ ਅਤੇ ਆਪਾਂ ਇਹਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ। ਸੋ ਬਾਕੀ ਜਿਵੇਂ ਹੁਣ ਜੂਨ ਫਸਟ ਵੀਕ ਜੂਨ ਆਨਵਰਡਸ ਜਿਹੜੀ ਸਿੱਧੀ ਬਿਜਾਈ ਲਈ ਵੀ ਰਿਕਮੈਂਡੇਸ਼ਨ ਦਿੱਤੀ ਜਾਂਦੀ ਹੈ, ਸੋ ਕਿਸਾਨ ਵੀਰ ਉਹ ਵੀ ਆਪਣਾ ਪੂਰਾ ਜਿਹੜਾ ਧਿਆਨ ਹੈਗਾ ਉਹਦੇ ਨਾਲ ਆਪਣਾ ਸਿੱਧੀ ਬਿਜਾਈ ਜਿਹੜੀ ਆ ਉਹ ਕਰ ਸਕਦੇ ਆ। ਅਤੇ ਅਸੀਂ ਇਹੀ ਜਿਹੜੀ ਅਪੀਲ ਕਰਦੇ ਹਾਂ ਕਿ ਸਿੱਧੀ ਬਿਜਾਈ ਨੂੰ ਜ਼ਰੂਰ ਤਰਜੀਹ ਦਿੱਤੀ ਜਾਵੇ, ਕਿਉਂਕਿ ਜਿਹੜਾ ਆਪਣਾ ਡਿੱਗ ਰਿਹਾ ਪਾਣੀ ਦਾ ਪੱਧਰ ਹੈ ਉਹਨੂੰ ਬਚਾਉਣ ਦੇ ਵਿੱਚ ਆਪਾਂ ਜਿੰਨਾ ਯੋਗਦਾਨ ਪਾ ਸਕਦੇ ਹਾਂ ਉਹਨਾਂ ਸਾਨੂੰ ਜ਼ਰੂਰ ਪਾਉਣਾ ਚਾਹੀਦਾ।